ਸਿੱਖਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਆ ਵੀਡੀਓ ਤੁਹਾਡੇ ਇੱਕ ਮੈਂ ਡਾਟ ਕਲੀਅਰ ਕਰਨ ਵਾਸਤੇ ਬਣਾਈ ਹੈ ਕਿਉਂਕਿ ਮੇਰੇ ਕੋਲ ਬਹੁਤ ਬੱਚਿਆਂ ਦੇ ਤੁਹਾਨੂੰ ਪਤਾ ਜੀ ਟਰ ਰਾਜੇ ਫੋਨ ਕਾਲਸ ਜ਼ਿਆਦਾ ਆਉਣ ਲੱਗ ਜਾਂਨ ਤਾਂ ਮੈਨੂੰ ਫਿਰ ਵੀਡੀਓ ਬਣਾਉਣ ਦੀ ਲੋੜ ਪੈਂਦੀ ਹੈ ਉਸ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਕਾਫੀ ਕੈਂਡੀਡੇਟ ਕਹਿ ਰਹੇ ਸੀ ਸਰ ਕਈ ਦਿਨ ਹੋ ਗਏ ਤੁਸੀਂ ਕੋਈ YouTube ਤੇ ਵੀਡੀਓ ਨਹੀਂ ਅਪਲੋਡ ਕਰੀ ਉਹਦਾ ਕਾਰਨ ਇਹ ਹੈ ਕਿ ਰਾਜੇ ਤੁਹਾਡਾ ਜਿਹੜਾ ਸਲੇਵਸ ਆ ਮੈਂ ਉਹ ਬਣਾਉਣ ਦੇ ਵਿੱਚ ਬਿਜੀ ਸੀਗਾ ਫਿਲਹਾਲ ਤੁਹਾਡਾ ਸਲੇਵਸ ਆ ਜਿਹੜਾ YouTube ਵਾਸਤੇ ਤੇ ਐਪ ਵਾਸਤੇ ਲਗਭਗ ਕੰਪਲੀ ਠੀਕ ਹੈ ਜੀ ਤੇ ਤਾਂ ਹੁਣ ਦੋਰੀਆਂ ਹੁਣ ਡੇਲੀ ਕਲਾਸਾਂ ਜਿਹੜੀਆਂ ਉਹ ਪ੍ਰੋਵਾਈਡ ਹੋਣ ਲੱਗ ਜਾਣਗੀਆਂ ਠੀਕ ਹੈ ਜਿੱਦਾਂ ਤੁਹਾਡੀ ਕੋਈ ਕਲਾਸ ਨਾਲ ਲੱਗਿਆ ਕਰੂਗੀ ਉਦੋਂ ਤੁਹਾਨੂੰ ਸੂਚਿਤ ਕਰ ਦਿੱਤਾ ਜਾਇਆ ਕਰੂਗਾ ਠੀਕ ਹੈ ਤਾਂ ਕਰਕੇ ਤੁਸੀਂ ਤਾਂ ਜੀ ਵੀਡੀਓ ਡੇਲੀ ਅਟੈਂਡ ਕਰਨੀਆਂ ਚਾਹੇ ਕਿਸੇ ਬੱਚੇ ਨੇ ਆਉਣ ਵਾਲੀਆਂ ਭਰਤੀਆਂ ਜਿਵੇਂ 2024 ਤੇ 25 ਦੇ ਵਿੱਚ 10000 ਪੁਲਿਸ ਦੀ ਭਰਤੀ ਆ ਰਹੀ ਹੈ ਜਾਂ ਕਲਰਕ ਦਾ ਪੇਪਰ ਆ ਕਿਸੇ ਬੱਚੇ ਦਾ ਚਾਹੇ ਕਿਸੇ ਬੱਚੇ ਨੇ ਜੇਲ੍ਹ ਵਰਡਨ ਦਾ ਪੇਪਰ ਦੇਣਾ ਜਾਂ ਜਿਹੜੀ ਭਰਤੀ ਦਾ ਜੇ ਗਰੁੱਪ ਡੀ ਦੀ ਦੁਆਰੇ ਆਨਲਾਈਨ ਹੋਊਗੀ ਉਹ ਵਾਲੀ ਜਾਂ ਕਿਸੇ ਬੱਚੇ ਨੇ ਹਾਈ ਕੋਰਟ ਪੰਜਾਬ ਵੱਡਾ ਪੇਪਰ ਦੇਣਾ ਉਹਨਾਂ ਸਾਰਿਆਂ ਵਾਸਤੇ ਹੀ ਕਲਾਸਾਂ ਤੁਹਾਡੀਆਂ ਸਫੀਸ਼ੀਅੰਟ ਰਹਿਣਗੀਆਂ ਕਿਸੇ ਵੀ ਬੱਚੇ ਨੇ ਨਾ ਫ੍ਰੀ ਕਲਾਸਾਂ ਦਾ ਮਿਸ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਬਾਕੀ ਦਾ ਜੇ ਐਪ ਤੇ ਵੀ ਆਪਣੀਆਂ ਕਲਾਸਾਂ ਚੱਲ ਰਹੀਆਂ ਹੋਣਗੀਆਂ ਠੀਕ ਹੈ ਜੀ ਬਾਕੀ ਦਾ ਜਿਹੜੇ ਬੱਚੇ ਨੇ ਜੇਲ੍ਹ ਵਰਡਨ ਦੇ ਪੇਪਰ ਦੀ ਤਿਆਰੀ ਕਰਨੀ ਹੈ ਪਤਾ ਕਰਨਾ ਕਿ ਕਿਵੇਂ ਸਲੇਵਸ ਕਰੀਏ ਹੁਣ ਅਸੀਂ ਪੇਪਰ 'ਚ ਥੋੜਾ ਟਾਈਮ ਰਹਿ ਗਿਆ ਉਹ ਸਾਰਾ ਕੁਝ ਤੁਹਾਨੂੰ ਐਂਡਰ ਤੇ ਦੱਸੂਗਾ ਆ ਹੁਣ ਬਹੁਤ ਸਾਰੇ ਬੱਚਿਆਂ ਦੇ ਰਾਜੀ ਨੂੰ ਪ੍ਰੇਸ਼ਨ ਆਉਂਦੇ ਆ ਉਹ ਹੁੰਦੇ ਆ ਪੰਜਾਬ ਪੁਲਿਸ ਜੇਲ੍ਹ ਵਾਰਡਨ ਦੀ ਭਰਤੀ ਨੂੰ ਲੈ ਕੇ ਕਿਉਂਕਿ ਮੈਨੂੰ ਡੇਲੀ ਰਾਜੀ ਘੱਟੋ ਘੱਟ 5 ਤੋਂ 6 ਕਾਲਾਂ ਆ ਜਾਂਦੀਆਂ ਜਿਹਦੇ ਕਰਕੇ ਰਾਜੀ ਹੁਣ ਤੁਹਾਨੂੰ ਇੰਨਾ ਪਤਾ ਕਿ ਮੈਂ ਇਕੱਲੇ ਇਕੱਲੇ ਬੱਚੇ ਨੂੰ ਮੈਂ ਵੀ ਨਹੀਂ ਰਿਪਲਾਈ ਕਰ ਸਕਦਾ ਹੁੰਦਾ ਹਰੇਕ ਚੀਜ਼ ਦਾ ਕਿ ਭਾਈ ਹਾਂ ਆ ਚੀਜ਼ ਐਦਾਂ ਆ ਚੀਜ਼ ਐਦਾਂ ਤਾਂ ਜਿਹੜੇ ਬੱਚਿਆਂ ਦੇ ਪ੍ਰੇਸ਼ਨ ਆਉਂਦੇ ਆ ਕਿ ਤੁਹਾਨੂੰ ਪਤਾ ਹੋਣਾ ਕਿ ਕਾਫੀ ਪੇਪਰਾਂ ਨੇ ਜਿਹੜਾ Triple S ਬੋਰਡ ਪੋਸਟਪੌਂਡ ਕਰ ਰਿਹਾ ਹੈਗਾ ਕੱਲ ਵੀ ਇਹਨਾਂ ਨੇ ਦੋ ਇਗਜ਼ਾਮ ਹੈ ਜਿਹੜੇ ਪੋਸਟਪੌਂਡ ਕੀਤੇ ਆ ਇਸ ਤੋਂ ਪਹਿਲਾਂ ਵੀ ਇੱਕ ਇਗਜ਼ਾਮ ਪ ਹੁਣ ਜੀ ਦੇ ਬਾਟਰ ਦੇ ਪੇਪਰ ਦੇ ਵਿੱਚ ਬੱਚੇ ਕਹਿ ਰਹੇ ਹੈ ਜੀ ਦੱਸੋ ਇਹ ਪੇਪਰ ਸਾਡਾ ਪੋਸਟਪੋਨ ਹੋਊਗਾ ਕਿ ਨਹੀਂ ਹੋਊਗਾ ਉਹਦੇ ਬਾਰੇ ਗੱਲ ਕਰ ਲੈਣੇ ਵੀਡੀਓ ਦੇ ਵਿੱਚ ਬਣੇ ਰਹੋ ਸਭ ਤੋਂ ਪਹਿਲਾਂ ਤਾਂ ਰਾਜੀ ਤੁਹਾਨੂੰ ਕਿਸੇ ਬੱਚੇ ਕੋਲੇ ਮੇਰੇ ਹਸਾਬ ਤੇ 100 ਦੇ ਵਿੱਚੋਂ 40 30% ਬੱਚੇ ਇਹ ਜਿਨ੍ਹਾਂ ਨੂੰ ਪੇਪਰਾਂ ਬਾਰੇ ਹਲੇ ਕੀ ਕੋਈ ਨਹੀਂ ਪਤਾ ਉਹਨੇ ਪੇਪਰ ਭਰੇ ਹੋਏਗੀ ਸਾਡਾ ਕਿਦੋਂ ਪੇਪਰ ਹੋਣਾ ਕਿਦੋਂ ਨਹੀਂ ਹੋਣਾ ਤਾਂ ਉਹਦੇ ਵਾਸਤੇ ਮੇਰੇ ਕੋਲੇ ਆਹ ਟ੍ਰਿਪਲ ਐਸ ਬੋਰਡ ਦੇ ਜਿਹੜੇ ਪੇਪਰਾਂ ਦੀ ਸਾਰੀ ਡੇਟ ਸ਼ੀਟ ਹੈਗੀ ਠੀਕ ਹੈ ਜੀ ਜੇਕਰ ਕਿਸੇ ਬੱਚੇ ਨੂੰ ਇਹ ਚਾਹੀਦੀ ਹੈ ਤੁਸੀਂ ਆਪਣਾ ਟੈਲੀਗ੍ਰam ਗਰੁੱਪ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਸਰਚ ਕਰ ਸਕਦੇ ਹੋ YouTube ਉਹਦੇ ਟੈਲੀਗ੍ਰam ਦੇ ਉੱਪਰ ਨਹੀਂ ਉਹਦਾ ਲਿੰਕ ਵੀ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੂੰਗਾ ਹੁਣ ਜਿਹੜੇ ਬੱਚਾ ਨੇ ਰਾਜੇ ਦਾ ਪੇਪਰ ਭਰਿਆ ਹੋਇਆ ਹੈਗਾ ਆਹ ਦੇਖੋ ਜੀ ਆਹ ਪਿਆ ਬਾਡਨ ਅਤੇ ਮੈਟਰਲ ਇਹ ਜੇਲ ਬਾਡਨ ਦਾ ਪੇਪਰ ਹੈਗਾ ਆਹ ਤੁਹਾਡਾ ਵਿਗਿਆਪਨ ਨੰਬਰ ਹੈਗਾ 8 2024 ਦਾ ਠੀਕ ਹੈ ਜੀ ਹੁਣ ਰਾਜੇ ਬਹੁਤ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਸਾਡਾ ਪੇਪਰ ਕਦੋਂ ਹੋਊਗਾ ਸਾਡਾ ਪੇਪਰ ਕਦੋਂ ਨਹੀਂ ਹੋਊਗਾ ਤਾਂ ਜਿਹੜੇ ਰਾਜੇ ਨੇ ਹਜੇ ਤੱਕ ਡੇਟ ਦਿੱਤੀ ਹੈਗੀ ਉਸ ਹਿਸਾਬ ਤੇ ਤੁਹਾਡਾ ਪ ਅੱਧੇ ਬੱਚੇ ਦਾ ਪੇਪਰ ਹੋਊਗਾ 26 ਤਰੀਕ ਨੂੰ ਅੱਧੇ ਬੱਚੇ ਦਾ ਪੇਪਰ ਹੋਊਗਾ 27 ਤਰੀਕ ਨੂੰ ਜਿਹੜੀਆਂ ਮੈਟਰਨ ਦੀਆਂ ਵੈਕੈਂਸੀਆਂ ਸੀ ਇਹ ਵੈਕੈਂਸੀਆਂ ਸਿਰਫ ਲੜਕੀਆਂ ਦੇ ਲਈ ਸੀਗੀਆਂ ਇਹਦੇ ਵਿੱਚ ਲੜਕੇ ਨਹੀਂ ਅਪਲਾਈ ਕਰ ਸਕਦੇ ਸੀਗੇ ਠੀਕ ਹੈ ਜੀ ਇਹ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ 26 ਤੇ 27 ਦੋ ਦਿਨ ਤੁਹਾਡੇ ਪੇਪਰ ਹੋਣੇ ਆ ਜੇਲ ਵਾਰਡਨ ਅਤੇ ਮੈਟਰਨ ਦੇ ਠੀਕ ਹੈ ਜੀ ਤੇ ਇਹਨਾਂ ਨੇ ਲਿਖਿਆ ਕਿ 16 11 ਤੇ 17 11 ਨੂੰ ਤੁਹਾਡੇ ਫਿਜ਼ੀਕਲ ਟ్రਾਇਲ ਹੋਣੇ ਆ ਹੁਣ ਬਹੁਤ ਬੱਚੇ ਕਹਿ ਰਹੇ ਜੀ ਪੇਪਰ ਪੋਸਟਪੌਂਡ ਹੋਊਗਾ ਤਾਂ ਰਾਜੇ ਤੁਸੀਂ ਦੇਖੋ ਜਿਹੜੀ ਆਉਡੀ ਤਿਆਰੀ ਕਰਨੀ ਹੈ ਤੁਸੀਂ ਆਪਦੀ ਤਿਆਰੀ ਉਸ ਹਫ਼ਤੇ ਕਰਨੀ ਹੈ ਕਿ ਤੁਹਾਡਾ ਪੇਪਰ 26 ਤਰੀਕ ਨੂੰ ਹੈ। ਜੇ ਤੁਹਾਡਾ ਪੇਪਰ 26 ਤਰੀਕ ਨੂੰ ਹੈ ਜਾਂ 27 ਤਰੀਕ ਨੂੰ ਹੈ ਉਸ ਵੇਸ ਤੇ ਹੀ ਤੁਸੀਂ ਆਪਦੀ ਤਿਆਰੀ ਕਰਨੀ ਹੈ। ਓਕੇ ਜੀ। ਓਕੇ ਤੁਸੀਂ ਇਹ ਨਹੀਂ ਸਮਝੋ ਜੇਕਰ ਤੁਹਾਡਾ ਪੇਪਰ ਪੋਸਟਪੌਂਡ ਹੋਊਗਾ ਵੀ ਤਾਂ ਤੁਹਾਨੂੰ ਮੈਂ ਘਟੋ-ਘਟ ਡਿਪਾਰਟਮੈਂਟ ਵੀ ਰਾਜੇ ਹਫ਼ਤਾ ਪਹਿਲਾਂ ਦੱਸ ਦਿੰਦਾ ਹੁੰਦਾ ਕਿ ਜੇਕਰ ਤੁਹਾਡਾ ਪੇਪਰ ਪੋਸਟਪੌਂਡ ਕਰਨਾ ਹੋਇਆ ਹੈ ਇਹਨਾਂ ਨੇ ਤਾਂ ਤੁਹਾਨੂੰ 20 ਤਰੀਕ ਤੱਕ ਇਹ ਨੋਟੀਫਿਕੇਸ਼ਨ ਦੇ ਦੇਣਗੇ। ਠੀਕ ਹੈ ਜੀ 20 ਤਰੀਕ ਤੱਕ ਤੁਹਾਨੂੰ ਪਤਾ ਲੱਗ ਜਾਊਗਾ ਨੋਟੀਫਿਕੇਸ਼ਨ ਤੋਂ ਕਿ ਤੁਹਾਡਾ ਪੇਪਰ ਪੋਸਟਪੋਨ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਜੇ ਹੋ ਰਿਹਾ ਹੋਇਆ ਤੁਹਾਨੂੰ ਤਾਂ ਵੀ ਦੱਸ ਦੂੰਗਾ ਜੇ ਨਾ ਹੋ ਰਿਹਾ ਹੁੰਦਾ ਤੁਹਾਨੂੰ ਤਾਂ ਵੀ ਦੱਸ ਦਿੱਤਾ ਜਾਊਗਾ ਤਾਂ ਕਰਕੇ ਬੇਫਿਕਰ ਰਹੋ ਕਿਸੇ ਗੱਲ ਦੀ ਖਬਰਾਂ ਉਹਦੇ ਲੋੜ ਨਹੀਂ ਆਪਦੀ ਤਿਆਰੀ ਜਿਹੜੀ ਉਹ ਕੰਟੀਨਿਊ ਰੱਖੋ ਪਲੀਜ਼ ਕਿਉਂਕਿ ਬੱਚੇ ਬਹੁਤ ਇਹ ਲਾਲਚ ਕਰੀ ਜਾਂਦੇ ਆ ਕਿ ਜੀ ਪੇਪਰ ਪੋਸਟਪੋਨ ਹੋਊਗਾ ਦੂਜੀ ਵੀ ਤਿਆਰੀ ਬਿਲਕੁਲ ਛੱਡੀ ਬੈਠੇ ਆ ਤਾਂ ਫਿਲਹਾਲ ਤੁਸੀਂ ਆਦੀ ਤਿਆਰੀ ਉਸ ਹਸਾਬ ਤੇ ਕੰਟੀਨਿਊ ਰੱਖਣੀ ਆ ਬਾਕੀ ਬਹੁਤ ਸਾਰੇ ਬੱਚੇ ਨੂੰ ਪਤਾ ਨਹੀਂ ਲੱਗ ਰਿਹਾ ਜੀ ਐਂਡ ਆ ਦਾ ਟਾਈਮ ਆ ਗਿਆ ਹੁਣ ਅਸੀਂ ਕੀ ਕਰੀਏ ਕੀ ਨਾ ਕਰੀਏ ਤਾਂ ਉਹਦੇ ਵਾਸਤੇ ਤੁਹਾਨੂੰ ਮੈਂ ਸ਼ਾਮ ਨੂੰ 8 ਵਜੇ ਇੱਕ ਵੀਡੀਓ ਪਾਉਂਗਾ ਤੇ ਜਿਹੜੇ ਬੱਚੇ ਨੇ ਰਾਜੋ ਉਹ ਵੀਡੀਓ ਨੂੰ ਫੋਲੋ ਕਰ ਲਿਆ ਕਿਉਂਕਿ ਜੇ ਰਵਾਟ ਦੀ ਮੈਟ ਵਾਲੀ ਨਹੀਂ ਜਾਂਦੀ ਹੁੰਦੀ ਪਿਛਲੀ ਵਾਰ ਤੁਹਾਨੂੰ ਪਤਾ ਕਿ ਠੀਕ ਹੈ ਤਾਂ ਉਹ ਤਰੀਕਾ ਜੇਕਰ ਤੁਸੀਂ ਫੋਲੋ ਕਰ ਲੈਨੇ ਹੋ ਤਾਂ ਉਸ ਤਰੀਕੇ ਨਾਲ ਤੁਹਾਡੇ ਕੋਲੇ ਫਿਰ ਵੀ 2 3 ਦਿਨ ਬਾਅਦ ਰਹਿਣਗੇ ਹਜੇ ਵੀ ਜੇ ਤੁਸੀਂ ਉਹ ਤਰੀਕੇ ਨਾਲ ਪੜ੍ਹਦੇ ਹੋ ਮੇਰੇ ਨਾਲ ਠੀਕ ਹੈ ਤੋਰੇ ਬਾਰੇ ਤੁਹਾਨੂੰ ਸ਼ਾਮ ਨੂੰ ਮਿਲ ਜੂਗੀ ਸਾਰੀ ਡਿਟੇਲ ਬਾਕੀ ਗੱਲ ਹੈ ਜੀ ਕਿ ਹਜੇ ਪੇਪਰ ਪੋਸਟਪੋਨ ਹੋਣ ਦੀ ਕੋਈ ਅਪਡੇਟ ਨਹੀਂ ਹੈਗੀ ਆਪਦੀ ਤਿਆਰੀ ਤੁਸੀਂ 26 27 ਦਾ ਮੰਨ ਕੇ ਹੀ ਕਰਨੀ ਹੈ ਦੂਜੀ ਗੱਲ ਹੈ ਜੀ ਜੇ ਕਿਸੇ ਬੱਚੇ ਨੇ ਪੰਜਾਬ ਦੇ ਪੇਪਰ ਇਦਾਂ ਦੇ ਤਰੀਕੇ ਨਾਲ ਜਿਵੇਂ ਇਹਨਾਂ ਨੂੰ ਪਤਾ ਕਿ 2024 ਤੇ 25 ਦੇ ਵਿੱਚ 25 ਦੇ ਵਿੱਚ ਜੇ 10000 ਪੁਲਿਸ ਦੀ ਭਰਤੀ ਆ ਰਹੀ ਹੈ ਤੇ ਗਰੁੱਪ ਡੀ ਦੀਆਂ ਭਰਤੀਆਂ ਆ ਰਹਿ ਗਈਆਂ ਵੀਡੀਓ ਦੇ ਪੇਪਰ ਹੋਊਗਾ ਕਲਰਕ ਦੀ ਭਰਤੀ ਆ ਰਹੀ ਹੈ ਪਟਵਾਰੀ ਦੀ ਭਰਤੀ ਆ ਰਹੀ ਹੈ ਠੀਕ ਹੈ ਜੀ ਜੇਕਰ ਤੁਸੀਂ ਰਾਜ ਸਾਰੇ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਆਪਣੇ ਕੋਲੇ ਪੰਜਾਬ ਐਗਜ਼ਾਮ ਆਲ ਪੰਜਾਬ ਐਗਜ਼ਾਮ ਬੈਚ ਚੱਲ ਰਿਹਾ ਜਿਹਨੂੰ ਆਪਾਂ ਚੜ੍ਹਦੀ ਕਲਾ ਬੈਚ ਕਹਿੰਦੇ ਉਹ ਵੀ ਲੈ ਸਕਦੇ ਹੋ ਬਾਕੀ ਆਪਣੇ ਕੋਲੇ ਪੰਜਾਬ ਪੁਲਸ 2025 ਵਾਲੇ ਬੱਚਿਆਂ ਬਾਅਦ ਦੀ ਸਪੈਸ਼ਲ ਪੰਜਾਬ ਪੁਲਸ 2024 25 ਵਾਲਾ ਬੈਚ ਚੱਲ ਰਿਹਾ ਜੋਇਨ ਕਰ ਸਕਦੇ ਹੋ ਬਾਕੀ ਤੁਸੀਂ ਕਿਸੇ ਵੀ ਇੱਕ ਪੇਪਰ ਤੋਂ ਆਪਣੇ ਪੇਪਰ ਦੀ ਸਾਰੀ ਤਿਆਰੀ ਕਰ ਸਕਦੇ ਹੋ ਹੁਣੇ ਬੈਚ ਦੇ ਵਿੱਚ ਮਿਲੂਗਾ ਕੀ ਕੁਛ ਰਾਜੇ ਤੁਹਾਨੂੰ ਐਪ ਬੈਚ ਮਿਲੂਗਾ ਦੀਪ ਪੁੱਲਰ এডਿਕੇਸ਼ਨ ਅਰਾ ਇਹ ਆਪਣੀ ਐਪ ਹੋਊਗੀ ਸੋਨਿਓ Android ਵਾਲੇ ਬੱਚਿਆਂ ਵਾਸਤੇ ਜਿਹੜੇ ਬੱਚਾ ਕੋਲੇ ਆਈਫੋਨ ਹੈ राजे ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ-ਕਲਾਸ ਤੇ ਉਹ ਆਰ ਜੀ ਕੋਡ ਫਿਲ ਕਰਨਾ ਡਾਗਲੈਕਸ ਰੇ ਆਹ ਅੰਮਰੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੇ ਐਪ ਪਰਤੇ ਕੋਈ ਪ੍ਰੋਬਲਮ ਆਉਂਦੀ ਹੈ ਹੁਣ राजे ਬੈਚ ਦੇ ਵਿੱਚ ਮਿਲੂਗਾ ਕਿ ਕੁਛ ਸਾਰੇ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਸਾਰੇ ਲੈਕਚਰ ਮਿਲਣਗੇ ਸਾਰੇ ਲੈਕਚਰਾਂ ਦੀਆਂ ਵੀਡੀਓ ਮਿਲਣਗੀਆਂ ਠੀਕ ਹੈ ਸਾਰੇ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਸਿਲੇਬਸ ਸਿਰਪੋਹੀ ਹੋ ਜਿਹੜਾ ਪੇਪਰ ਦੇ ਵਿੱਚ ਆਊਗਾ ਠੀਕ ਹੈ ਜੀ ਤੇ ਇੰਗਲਿਸ਼ ਤੇ ਮੈਂ ਤੁਹਾਨੂੰ ਪਤਾ ਕਿ ਆਪਣਾ ਤਰੀਕਾ ਕੀ ਹੈ ਟ੍ਰਿਕਸ ਨਾਲ ਕਰਵਾ ਰਹੇ ਆਪਾਂ ਤੇ ਜਿਹੜੇ ਬੱਚੇ ਨੇ ਕਦੇ ਵੀ ਪਹਿਲੀ ਵਾਰ ਤਿਆਰੀ ਕਰ ਰਹੇ ਤਾਂ ਜਿਹੋਨੇ ਬਸ ਸੋਨੇ ਦੇ ਸਾਹ ਅੱਗੇ ਵਾਲੀ ਗੱਲ ਹੈ ਤੇ ਜਿੱਥੇ ਤੁਸੀਂ ਆਫਲਾਈਨ ਕਲਾਸਾਂ ਲਾਉਣ ਜਾਓਗੇ ਆਫਲਾਈਨ ਕਲਾਸਾਂ ਨੇ ਮੁਕਾਬਲੇ ਸਿਰਫ 5% ਫੀਸ ਹੈ ਦਾ ਜੀ ਆਪਣੀ ਠੀਕ ਹੈ ਜੀ ਜੇਕਰ ਤੁਸੀਂ ਅੱਜ ਦੇ ਸਮੇਂ ਵਿੱਚ ਨਰਸਰੀ ਕੇਜੀ ਦੀ ਫੀਸ ਦੇਖੋਗੇ ਨਾ ਉਹ ਵੀ ਸਾਲ ਦੀ 78000 ਰੁਪਏ ਬਗ ਜਾਂਦੀ ਹੈ ਤੁਹਾਨੂੰ ਮੈਂ ਬਹੁਤ ਘੱਟ ਰੇਟ ਦੇ ਵਿੱਚ ਦਾ ਜੀ ਠੀਕ ਹੈ ਜੀ 2000 ਤੋਂ ਥੱਲੇ ਥੱਲੇ 1500 ਦੇ ਲਗਭਗ ਇੰਤੋਂ ਵੀ ਨੀਚੇ ਸਾਨੂੰ ਵੈ ਇੱਕ ਵਾਰੀ ਐਪ ਡਾਊਨਲੋਡ ਕਰਕੇ ਜਰੂਰ ਦੇਖਿਓ ਠੀਕ ਹੈ ਜੀ ਔਰ ਤੁਹਾਡੇ ਵਾਸਤੇ ਆ ਕਿ ਕੋਈ ਬੱਚਾ ਪੜ੍ਹਾਈ ਬਿਨਾਂ ਰਹਿ ਨਾ ਜਾਵੇ ਕਿਉਂਕਿ ਆਪਾਂ ਦਾ ਜੇ ਬਿਲਕੁਲ ਜ਼ੀਰੋ ਲੈਵਲ ਤੋਂ ਕਰਵਾਈਦਾ ਕਿਉਂਕਿ ਆਪਾਂ ਪਿੰਡਾਂ ਵਾਲੇ ਆਪ ਨੂੰ ਪਤਾ ਕਿ ਬੱਚੇ ਪੜ੍ਹਦੇ ਕਿਵੇਂ ਤੇ ਕਿਵੇਂ ਉਹਨਾਂ ਨੂੰ ਸਮਝ ਆਉਂਦੀ ਹੈ ਠੀਕ ਹੈ ਤਾਂ ਜੀ ਤੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤੇ ਨੂੰ